ਐਗ ਮਾਰਕੀਟ ਕੋਰੋਨਾ ਵਾਇਰਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਕਿੰਨੇ ਪੁਲਿਸ ਅਧਿਕਾਰੀ ਮੌਜੂਦ ਸੀਗੇ, ਕੌਣ ਕੌਣ ਸੀਗਾ ਜੀ? ਫਲੈਗ ਮਾਰਚ ਦਾ ਮਤਲਬ ਹੈ ਕਿ ਲੋਕਾਂ 'ਚ ਸੁਰੱਖਿਆ ਦੀ ਭਾਵਨਾ ਪੈਦਾ ਹੋਵੇ, ਲੋਕ ਇਹ ਦੇਖ ਸਕਣ ਕਿ ਅਸੀਂ ਉਹਨਾਂ ਦੀ ਸੁਰੱਖਿਆ ਦੇ ਲਈ ਹਾਜ਼ਰ ਹਾਂ, ਉਹਨਾਂ ਨੂੰ ਵੀ ਸਾਡੇ ਨਾਲ ਕੋਆਪਰੇਟ ਕਰਨਾ ਚਾਹੀਦਾ ਹੈਗਾ। ਉਹਨਾਂ ਨੂੰ ਗਵਰਨਮੈਂਟ ਦੀਆਂ ਸਿਹਤ ਵਿਭਾਗ ਦੀਆਂ ਸਾਡੇ ਵੱਲੋਂ ਜੋ ਇੰਸਟਰਕਸ਼ਨ ਜਾਰੀ ਆ ਉਹਨਾਂ ਦੇ ਹਿੱਤ ਵਿੱਚ ਜਾਰੀ ਕਰ ਰਹੇ ਹਾਂ, ਅਤੇ ਉਹਨਾਂ ਨੂੰ ਚਾਹੀਦਾ ਇਹਨਾਂ ਨੂੰ ਫੋਲੋ ਕਰਨ ਤਾਂ ਕਿ ਉਹ ਆਪ ਵੀ ਸਕੇਅਰ ਰਹਿਣ, ਆਪਣੇ ਬੱਚਿਆਂ ਨੂੰ ਵੀ ਸਕੇਅਰ ਰੱਖ ਸਕਣ ਅਤੇ ਲੋਕਾਂ ਨੂੰ ਵੀ ਸਕੇਅਰ ਰੱਖ ਸਕਣ। ਉਹਨਾਂ ਨੂੰ ਇਹ ਵੀ ਹਦਾਇਤ ਕਰਾਂਗੇ ਅਸੀਂ ਕਿ ਉਹ ਕਿਸੇ ਵੀ ਇਕੱਠ ਵਾਲੀ ਜਗ੍ਹਾ 'ਤੇ ਨਾ ਜਾਣ ਤਾਂ ਕਿ ਉਹਨਾਂ ਦੀ ਬੱਚਤ ਹੋ ਸਕੇ ਅਤੇ ਆਪਣੇ ਜਿਹੜੇ ਹੈਗੇ ਆ ਸਾਰੀਆਂ ਚੀਜ਼ਾਂ ਨੂੰ ਸੈਨੇਟਾਈਜ਼ਰ ਕਰਕੇ ਰੱਖਣ। 11 ਵਜੇ ਤੋਂ ਬਾਅਦ ਲੋਕਡਾਊਨ ਹੈ ਸਰ ਪੰਜਾਬ, ਲੋਕਡਾਊਨ ਦੀ ਗੱਲ ਕਰੀਏ, ਕੀ ਇਹਦੇ ਵਿੱਚ ਕੀ ਚੀਜ਼ਾਂ ਬੰਦ ਰਹਿਣਗੀਆਂ ਸਰ? ਦੇਖੋ 8 ਤੋਂ 11 ਤੱਕ ਜਿਹੜਾ ਸੀਗਾ ਅਸੈਂਸ਼ੀਅਲ ਜਿਹੜੀਆਂ ਵਸਤਾਂ ਸੀਗੀਆਂ ਆ ਉਹ ਇਹਨਾਂ ਨੂੰ ਲੋਕਾਂ ਨੂੰ ਖਰੀਦੋ ਫਰੋਖਤ ਲਈ ਸਮਾਂ ਦਿੱਤਾ ਗਿਆ ਸੀ। ਇਹ ਤੋਂ ਬਾਅਦ ਜਿਹੜਾ ਹੈਗਾ ਆ ਇਹ ਤੋਂ ਬਾਅਦ ਜਿਹੜਾ ਲੋਕਾਂ ਨੂੰ ਅਸੀਂ ਅਨਾਊਂਸ ਕਰਕੇ ਦੱਸਾਂਗੇ ਕਿ ਇਹ ਤੋਂ ਬਾਅਦ ਬਿਲਕੁਲ ਟੋਟਲੀ ਲੋਕਡਾਊਨ ਹੈਗਾ ਆ। ਲੋਕਡਾਊਨ ਦਾ ਮਤਲਬ ਇਹ ਹੈਗਾ ਕਿ ਉਹ ਆਪਣੇ ਘਰਾਂ ਦੇ ਵਿੱਚ ਰਹਿਣ, ਗਾਹੇ ਵਗਾਹੇ ਨਾ ਜਾਣ ਤਾਂ ਕਿ ਉਹ ਸਕੇਅਰ ਰਹਿ ਸਕਣ, ਆਪਣੇ ਸਿਹਤਮੰਦ ਰਹਿ ਸਕਣ। ਜਿਹੜੀਆਂ ਜਿਹੜੀਆਂ ਦੁਕਾਨਾਂ ਨੂੰ ਪਰਮਿਸ਼ਨ ਮਿਲੀ ਹੈ ਜੀ 11 ਵਜੇ ਤੱਕ ਜਿਹੜੀ ਮਿਲੀ ਹੈ? ਇਹਦੇ ਵਿੱਚ ਜਿਹੜੀ ਹੈਗੀ ਆ ਕਰਿਆਨਾ ਹੈਗੀ ਆ, ਇਹਦੇ ਵਿੱਚ ਮੈਡੀਕਲ ਹੈਗੀ ਆ ਅਤੇ ਪੈਟਰੋਲ ਪੰਪ ਹੈਗੇ ਆ, ਗੈਸ ਆ, ਜਿਹੜਾ ਕਿ ਜਿਹਨਾਂ ਤੋਂ ਬਿਨਾਂ ਜੀਵਨ ਅਸੰਭਵ ਹੋ ਜਾਂਦਾ। 31 ਮਾਰਚ ਤੱਕ ਪੰਜਾਬ ਸਰਕਾਰ ਵੱਲੋਂ ਲੋਕਡਾਊਨ ਹੈ ਸਰ, 31 ਮਾਰਚ ਤੋਂ ਫਰਦਰ ਜੋ ਉਮੀਦ ਜਤਾਈ ਜਾ ਰਹੀ ਹੈ ਕਿ ਵਧੂਗਾ ਇਹ ਜਿਹੜਾ ਲੋਕਡਾਊਨ, ਕੁਛ ਇੱਦਾਂ ਇਨਫੋਰਮੇਸ਼ਨ ਪੁਲਿਸ ਕੋਲ? ਦੇਖੋ ਗਵਰਨਮੈਂਟ ਨੇ ਇਹਦੇ ਬਾਰੇ ਫੈਸਲਾ ਕਰਨਾ ਹੈਗਾ ਆ, ਜੇ ਉਹ ਕਰ ਦੇਵੇ ਗਵਰਨਮੈਂਟ ਇਹ ਫੈਸਲਾ ਇਹ ਕਰੂਗੀ ਤੇ ਲੋਕਾਂ ਦੇ ਹਿੱਤ ਵਿੱਚ ਹੀ ਕਰੂਗੀ ਤੇ ਸਾਨੂੰ ਇਹ ਮੰਨਣਾ ਚਾਹੀਦਾ, ਲੋਕਾਂ ਨੂੰ ਮੰਨਣਾ ਚਾਹੀਦਾ, ਅਸੀਂ ਵੀ ਇਹ ਪਾਬੰਦ ਹੈਗੇ ਆ ਮੰਨਣ ਤੇ। ਛੁੱਟੀਆਂ ਕੈਂਸਲ ਕਰ ਦਿੱਤੀਆਂ ਗਈਆਂ ਸਰ ਸਾਰੇ ਵਿਭਾਗ ਦੀਆਂ, ਪੰਜਾਬ ਪੁਲਿਸ ਦੀ ਗੱਲ ਕਰੀਏ, ਸਿਹਤ ਵਿਭਾਗ ਦੀ ਆ, ਹੋਰ ਵੀ ਪਬਲਿਕ ਦੇ ਇੰਟਰਸਟ ਦੇ ਵਿੱਚ ਕੰਮ ਕਰਨ ਦੇ ਲਈ ਇਹ ਜ਼ਰੂਰੀ ਹੈਗਾ ਆ ਤੇ ਉਹ ਗਵਰਨਮੈਂਟ ਨੇ ਕੀਤਾ। ਇੱਕ ਅਪੀਲ ਕੀ ਕਰੂੰਗੇ ਲੋਕਾਂ ਨੂੰ, ਦਹਿਸ਼ਤ ਦਾ ਮਾਹੌਲ ਕਈ ਵਾਰੀ ਬਣ ਜਾਂਦਾ, ਅਫਵਾਹਾਂ ਫੈਲਦੀਆਂ, ਉਹਨਾਂ ਸਾਥੀ ਅੰਤਰਾਂ ਲਈ ਕੀ ਮੈਸੇਜ ਆਇਆ ਪਬਲਿਕ ਲਈ? ਅਗਰ ਕੋਈ ਵੀ ਗੱਲ ਜਾਂ ਦਹਿਸ਼ਤ ਪੈਦਾ ਹੁੰਦੀ ਜਾਂ ਕੋਈ ਅਫਵਾਹ ਪੈਦਾ ਹੁੰਦੀ, ਉਹਨਾਂ ਨੂੰ ਚਾਹੀਦਾ ਹੈਗਾ ਆ ਲੋਕਾਂ ਨੂੰ ਕਿ ਉਹ ਸਾਡੇ ਨਾਲ ਕੋਂਟੈਕਟ ਕਰਨ, ਸਿਹਤ ਵਿਭਾਗ ਨਾਲ ਕੋਂਟੈਕਟ ਕਰਨ ਅਤੇ ਐਡਮਿਨਿਸਟ੍ਰੇਸ਼ਨ ਜਿਹੜਾ ਸਿਵਲ ਹੈਗਾ ਉਹਨਾਂ ਦੇ ਨਾਲ ਕਰਨ, ਅਸੀਂ ਜਿਹੜਾ ਇੱਥੇ ਕੰਟਰੋਲ ਰੂਮ ਵੀ ਬਣਾਇਆ ਗਿਆ ਉੱਥੇ ਕੋਂਟੈਕਟ ਕਰ ਲੈਣ ਤਾਂ ਕਿ ਉਹਨਾਂ ਨੂੰ ਸਹੀ ਜਾਣਕਾਰੀ ਮਿਲ ਸਕੇ ਅਤੇ ਉਹ ਮਿਸਗਾਈਡ ਨਾ ਹੋ ਸਕੇ। ਸਰ ਕੱਲ੍ਹ ਬੰਦ ਦੇ ਦੌਰਾਨ ਦੇਖਿਆ ਗਿਆ ਜਿਹੜੇ ਪੁਲਿਸ ਮੁਲਾਜ਼ਮ ਡਿਊਟੀ 'ਤੇ ਸੀਗੇ ਉਹਨਾਂ ਕੋਲੋਂ ਮਾਸਕ ਵਗੈਰਾ ਜਾਂ ਹੋਰ ਚੀਜ਼ਾਂ ਜ਼ਰੂਰਤੀਆਂ ਨਹੀਂ ਸੀਗੀਆਂ, ਉਹਨਾਂ ਵੱਲੋਂ ਕਿਹਾ ਗਿਆ ਵੀ ਸਾਡੇ ਵਾਸਤੇ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਵੇ? ਸਰ ਇਹਦੇ 'ਚ ਹੈਗਾ ਸਿਹਤ ਵਿਭਾਗ ਵੱਲੋਂ ਜੋ ਜਾਰੀ ਹਦਾਇਤਾਂ ਆ ਉਹਦੇ ਵਿੱਚ ਇੱਕ ਹੈਗਾ ਆ ਮਾਸਕ ਲਗਾਉਣ, ਉਹ ਤੋਂ ਇਲਾਵਾ ਉਹਨਾਂ ਨੇ ਇਹ ਵੀ ਹਦਾਇਤ ਜਾਰੀ ਕੀਤੀ ਆ ਕਿ 1 ਮੀਟਰ 2 ਮੀਟਰ ਪਰੇ ਰਹਿ ਕੇ ਗੱਲ ਕਰਦੇ, ਅਸੀਂ ਉਹਨਾਂ ਨੂੰ ਫੋਲੋ ਕਰਦੇ ਹਾਂ ਬਿਲਕੁਲ। ਅਤੇ ਜਿਹੜੇ ਹੈਗੇ ਸੈਨੇਟਾਈਜ਼ਰ ਵੀ ਅਸੀਂ ਨਾਲ ਰੱਖੇ ਹੈਗੇ, ਆਪਣੇ ਹੱਥਾਂ ਨੂੰ, ਆਪਣੇ ਮੋਬਾਈਲ ਨੂੰ, ਆਪਣੀਆਂ ਨਿੱਜੀ ਵਸਤਾਂ ਨੂੰ ਸੈਨੇਟਾਈਜ਼ਰ ਸਮੇਂ ਸਮੇਂ 'ਤੇ ਕਰਦੇ ਰਹਿੰਦੇ ਹਾਂ ਤਾਂ ਕਿ ਸਾਡੇ ਵੱਲੋਂ ਕੋਈ ਅਜਿਹਾ ਨਾ ਅੱਗੇ ਜਾਵੇ ਅਜਿਹਾ ਕੋਈ ਬਿਮਾਰੀ 'ਚ ਵਾਧਾ ਹੋਵੇ।